ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਜਿੰਨੇ ਵੀ ਦਰਸ਼ਕ ਇਸ ਟਾਈਮ ਸਾਡੇ ਨਾਲ ਜੁੜੇ ਨੇ, ਸਾਰਿਆਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ੍ਰੀ ਅਕਾਲ। ਰੀਅਲ ਅਸਟੇਟ ਦੀਆਂ ਖਬਰਾਂ ਲੈ ਕੇ ਮੈਂ ਹਾਜ਼ਰ ਹਾਂ ਜੀ। ਔਰ ਰੀਅਲ ਅਸਟੇਟ ਜਗਤ ਦੇ ਵਿੱਚ ਕੀ ਕੁਝ ਚੱਲ ਰਿਹਾ, ਸਪੈਸ਼ਲ ਸ਼ੋਅ ਸਾਡਾ ਵਿਦ ਟੀਮ ਰਾਜ ਜੱਗੀ ਤੁਹਾਡੇ ਲਈ ਹਾਜ਼ਰ ਹੈ। ਔਰ ਰਾਜ ਜੱਗੀ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ। ਖਬਰਾਂ ਬੜੀ ਸਾਰੀਆਂ ਆਉਂਦੀਆਂ ਨੇ, ਪਰ ਟੀਮ ਰਾਜ ਜੱਗੀ ਵੱਲੋਂ ਇੱਕ ਵੱਡੀ ਖਬਰ ਅੱਜ ਜਨਤਕ ਕੀਤੀ ਜਾਵੇਗੀ। ਔਰ ਟੀਮ ਰਾਜ ਜੱਗੀ ਕਿਵੇਂ ਗਰੋ ਹੋ ਰਹੀ ਹੈ, ਕਿਵੇਂ ਲੌਂਗ ਆਈਲੈਂਡ ਨਿਊਯਾਰਕ ਤੋਂ ਆਪਣਾ ਸਫ਼ਰ ਸ਼ੁਰੂ ਕਰਕੇ ਹੁਣ ਆਲ ਓਵਰ ਅਮੈਰੀਕਾ ਤੱਕ ਪਹੁੰਚ ਰਹੀ ਹੈ, ਅਤੇ ਕੀ ਕੁਝ ਖਬਰ ਹੈਗੀ ਹੈ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸਿੱਧਾ ਚੱਲਦੇ ਹਾਂ ਰਾਜ ਜੀ ਦੇ ਕੋਲ। ਰਾਜ ਜੀ, ਸਤਿ ਸ਼੍ਰੀ ਅਕਾਲ, ਹੋਪ ਤੁਸੀਂ ਠੀਕ ਹੋਵੋਗੇ, ਐਵਰੀਥਿੰਗ ਇਜ਼ ਗੁੱਡ, ਐਂਡ ਸਾਡੇ ਦਰਸ਼ਕਾਂ ਨੂੰ ਵੀ ਸਭ ਤੋਂ ਪਹਿਲਾਂ ਉਹ ਖੁਸ਼ਖਬਰੀ ਦਿਓ ਤੁਸੀਂ। ਰਾਜ ਜੀ, ਕੈਨ ਯੂ ਹੇਅਰ ਅਸ? ਹੈਲੋ। ਯੈਸ ਰਾਜ ਜੀ, ਸੌਰੀ, ਆਵਾਜ਼ ਚਲੀ ਜਾ ਰਹੀ ਹੈ ਆਪਣੀ। ਜੀ ਰਾਜ ਜੀ, ਕੈਨ ਯੂ ਹੇਅਰ ਮੀ ਨਾਓ? ਯੈਸ ਯੈਸ। ਓਕੇ ਰਾਜ ਜੀ, ਮੈਂ ਕਹਿੰਦਾ ਖੁਸ਼ਖਬਰੀ ਸਾਡੇ ਦਰਸ਼ਕਾਂ ਨਾਲ ਤੁਸੀਂ ਜਨਤਕ ਕਰੋ ਪਲੀਜ਼। ਖੁਸ਼ਖਬਰੀ ਇਹ ਹੈਗੀ ਹੈ ਕਿ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਨਿਊਜ਼ ਦੇਣਾ ਚਾਹੁੰਦਾ ਕਿ ਮੈਂ ਜਿੰਨਾ ਸਾਰਿਆਂ ਨੂੰ ਪਤਾ ਕਿ ਮੈਂ 15-16 ਸਾਲ ਤੋਂ ਰੀਅਲ ਸਟੇਟ ਕਰ ਰਿਹਾ ਤੇ 8 ਸਾਲ ਮੈਂ ਰੀਅਲਟੀ ਕਨੈਕਟ ਦੇ ਵਿੱਚ ਕੰਮ ਕੀਤਾ ਤੇ ਮੈਂ ਉਹਨਾਂ ਤੋਂ ਹੁਣ ਬਾਹਰ ਹੋ ਗਿਆ ਹੈਗਾ। ਸੋ ਯੈਸਟਰਡੇ ਵਾਸ ਮਾਈ ਲਾਸਟ ਡੇ, ਬਟ ਦਾ ਗੁੱਡ ਨਿਊਜ਼ ਹੈ ਕਿ ਹੁਣ ਆਪਣੀ ਜਿਹੜੀ ਹੈ ਰਾਜ ਜੱਗੀ ਰੀਅਲ ਸਟੇਟ ਸਰਵਿਸਿਜ਼ ਖੋਲ੍ਹ ਰਹੇ ਹਾਂ ਬੜੀ ਜਲਦੀ ਆਪਣਾ ਤੁਹਾਡੇ ਦਾ ਇਹ ਅਨਾਊਂਸਮੈਂਟ ਇਹੀ ਹੈ ਕਿ ਅਸੀਂ ਆਪਣੀ ਜਿਹੜੀ ਹੈ ਕੰਪਨੀ ਖੋਲ੍ਹ ਰਹੇ ਹਾਂ ਰਾਜ ਜੱਗੀ। ਰਾਜ ਜੀ, ਘਰ ਤੋਂ ਕੰਮ ਕਰਨਾ ਬੜਾ ਔਖਾ ਹੋ ਜਾਂਦਾ, ਬਟ ਆਈ ਨੋ ਦ ਕਾਇੰਡ ਆਫ ਪ੍ਰੈਸ਼ਰ ਐਂਡ ਦ ਕਾਇੰਡ ਆਫ ਥਿੰਗਸ ਯੂ ਹੈਵ, ਸੋ ਆਈ ਰੀਅਲੀ ਅੰਡਰਸਟੈਂਡ, ਡੋਂਟ ਵਰੀ, ਗੋ ਅਹੈਡ। ਸੋ ਜਿਹੜੀ ਅਸੀਂ ਸਾਡਾ ਹੁਣ ਪਲਾਨ ਇਹ ਹੋ ਰਿਹਾ ਕਿ ਖਾਲੀ ਰੀਅਲ ਸਟੇਟ ਨਹੀਂ ਕਰ ਰਹੇ, ਸੋ ਵੀ ਆਰ ਡੂਇੰਗ ਲਾਈਕ ਫੁੱਲ ਸਰਵਿਸ ਲਾਈਕ ਰੀਅਲ ਸਟੇਟ ਨਾਲ ਰਿਲੇਟਿਡ ਇੱਕੋ ਹੀ ਥਾਂ ਦੇ ਉੱਤੇ। ਸਭ ਤੋਂ ਵੱਡੀ ਗੱਲ ਹੈ ਕਿ ਲੌਂਗ ਆਈਲੈਂਡ ਹਿਕਸਲ ਦੇ ਵਿੱਚ ਟ੍ਰੇਨ ਸਟੇਸ਼ਨ ਦੇ ਸਾਹਮਣੇ ਆਫਿਸ ਖੁੱਲ੍ਹ ਰਿਹਾ ਹੈਗਾ, ਜਲਦੀ ਉਹਦੀ ਅਨਾਊਂਸਮੈਂਟ ਹੋਏਗੀ। ਤੋ ਉਹਦਾ ਨਾਮ ਹੀ ਹੋਏਗਾ ਜੱਗੀ ਰੀਅਲ ਸਟੇਟ ਸਰਵਿਸਿਸ। ਓਕੇ, ਸੋ ਜੱਗੀ ਰੀਅਲ ਸਟੇਟ ਸਰਵਿਸ ਦੇ ਵਿੱਚ ਖਾਲੀ ਰੀਅਲ ਸਟੇਟ ਨਹੀਂ ਹੁੰਦੀ, ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਨਵੋਲਵ ਹੁੰਦੀਆਂ ਨੇ। ਠੀਕ ਹੈ ਜੀ। ਤੇ ਉਹਦੇ ਵਿੱਚ ਅਸੀਂ ਜੋ ਮੈਂ ਤੁਹਾਨੂੰ ਬਾਅਦ ਚ ਡਿਟੇਲ ਦਿਆਂਗਾ, ਇਹਦੇ ਵਿੱਚ ਕੀ ਹੈਗਾ ਲਾਈਕ ਤੁਸੀਂ ਮੋਰਗੇਜ ਹੋ ਗਈ, ਉਹ ਵੀ ਇੱਕ ਇਸੇ ਥਾਂ ਤੇ ਮਿਲੇਗੀ। ਤੁਸੀਂ ਕੋਈ ਡਿਜ਼ਾਈਨਰ ਚਾਹੀਦਾ ਘਰ ਨੂੰ ਡਿਜ਼ਾਈਨ ਕਰਨ ਵਾਸਤੇ, ਕੋਈ ਕੰਸਟਰਕਸ਼ਨ ਵਾਲਾ ਬੰਦਾ ਚਾਹੀਦਾ, ਕਿਸੇ ਨੂੰ ਅਪਰੇਜ਼ਲ ਵਾਲਾ ਬੰਦਾ ਚਾਹੀਦਾ, ਕਿਸੇ ਨੂੰ ਫਾਈਨੈਂਸ ਦੀ ਹਾਰਡ ਮਨੀ ਦੀ ਲੋਨ ਹੈ, ਔਰ ਕਿਸੇ ਬੰਦੇ ਨੇ ਘਰ ਦੀ ਸਟੇਜਿੰਗ ਕਰਾਣੀ ਹੈ, ਮਤਲਬ ਹਰ ਚੀਜ਼ ਇੱਕ ਥਾਂ ਦੇ ਉੱਤੇ ਮਿਲੇਗੀ, ਤਾਂ ਇੱਕੋ ਹੀ ਜਗ੍ਹਾ ਤੁਹਾਡੀ ਉਹ ਹੋਏਗੀ। ਦੈਟਸ ਦਾ ਫਸਟ ਥਿੰਗ ਵੀ ਆਰ ਡੂਇੰਗ ਫੋਰ ਲੌਂਗ ਆਈਲੈਂਡ ਓਨਲੀ। ਤੇ ਬਾਕੀ ਜਿਹੜੀ ਦੂਜੀ ਗੱਲ ਇਹ ਹੈ ਕਿ ਸਾਰੇ ਦਰਸ਼ਕਾਂ ਦਾ ਪਿਆਰ ਬੜਾ ਵਧੀਆ ਮਿਲ ਰਿਹਾ ਹੈਗਾ, ਤੇ ਯੈਸ ਲੌਂਗ ਆਈਲੈਂਡ ਹਿਕਸਵਿਲ ਤੋਂ ਸਟਾਰਟ ਹੋਏ ਹਾਂ ਗੁੱਡਬਰੀ ਤੋਂ, ਤਾਂ ਹੁਣ ਵੀ ਆਰ ਐਕਸਪੈਂਡਿੰਗ ਅਵਰ ਬਿਜ਼ਨਸ ਟੂ ਅਦਰ ਸਟੇਟਸ ਟੂ। ਇੱਛਾ ਤਾਂ ਇਹੀ ਹੈ ਕਿ ਜਿੱਥੇ ਜਸ ਪੰਜਾਬੀ ਜਾ ਰਿਹਾ ਉੱਥੇ ਉੱਥੇ ਹੋਵੇ, ਕਰੈਕਟ, ਬਿਲਕੁਲ ਹੋਣਾ ਚਾਹੀਦਾ। ਨੈਟਵਰਕ ਬਣਾਉਣ ਦੀ ਕੋਸ਼ਿਸ਼ ਚੱਲ ਰਹੀ ਹੈ, ਹਜੇ ਅੱਜ ਦੀ ਡੇਟ ਦੇ ਵਿੱਚ ਅਸੀਂ ਤਕਰੀਬਨ 5 ਸਟੇਟਾਂ ਦੇ ਵਿੱਚ ਜਾ ਰਹੇ ਹਾਂ। ਪਹਿਲੀ ਆਪਣਾ ਹੈਗੀ ਲੌਂਗ ਆਈਲੈਂਡ ਤੋਂ ਜਾ ਕੇ ਅਸੀਂ ਮਨਹਟਨ ਜਾ ਰਹੇ ਹਾਂ, ਸਿਟੀ ਦੇ ਵਿੱਚ ਵੀ ਅਸੀਂ ਰੀਅਲ ਸਟੇਟ ਸ਼ੁਰੂ ਕਰ ਰਹੇ ਹਾਂ ਤੇ ਅਸੀਂ ਸਿਟੀ ਦੇ ਬੰਦੇ ਵੀ ਹਾਇਰ ਕਰ ਰਹੇ ਹਾਂ ਆਪਣੀ ਟੀਮ ਦੇ ਵਿੱਚ। ਓਕੇ, ਤੋ ਦੂਜਾ ਆਪਣਾ ਹੈਗਾ ਪੈਨਸਲਵੇਨੀਆ ਦੇ ਵਿੱਚ ਵੀ ਸਾਡਾ ਆਫਿਸ, ਉੱਥੇ ਅਸੀਂ ਬੰਦਿਆਂ ਨੂੰ ਹਾਇਰ ਵੀ ਕਰ ਰਹੇ ਹਾਂ ਤੇ ਉੱਥੇ ਸਰਵਿਸ ਵੀ ਕਰ ਰਹੇ ਹਾਂ। ਠੀਕ ਹੈ ਜੀ। ਤੀਜਾ ਹੋ ਗਿਆ ਕਨੈਟੀਕਟ ਦੇ ਵਿੱਚੋਂ ਬੜੀਆਂ ਕਾਲਾਂ ਆਉਂਦੀਆਂ ਨੇ, ਜਸ ਪੰਜਾਬੀ ਬੜਾ ਪਾਪੂਲਰ ਹੈਗਾ ਕਨੈਟੀਕਟ ਦੇ ਵਿੱਚ ਜੀ, ਉੱਥੋਂ ਸਪੈਸ਼ਲੀ ਬੰਦਿਆਂ ਦੀਆਂ ਕਾਲਾਂ ਆਉਂਦੀਆਂ ਕਿ ਮੈਨੂੰ ਤੁਸੀਂ ਹੈਲਪ ਕਰੋ ਕਿ ਕਿੱਦਾਂ ਅਸੀਂ ਰੀਅਲ ਸਟੇਟ ਕਰਨੀ ਹੈ, ਤਾਂ ਪੈਨ ਉਹਨਾਂ ਵਾਸਤੇ ਵੀ ਇੱਕ ਬੜੀ ਵੱਡੀ ਖੁਸ਼ਖਬਰੀ ਹੈ। ਤੇ ਚੌਥੀ ਸਟੇਟ ਹੈਗੀ ਹੈ ਮੈਸਾਚੂਸੈਟ, ਤੇ ਪੰਜਵੀਂ ਸਟੇਟ ਹੈਗੀ ਜਾਰਜੀਆ। ਠੀਕ ਹੈ। ਸੋ ਵਿਦ ਦ ਬਲੈਸਿੰਗ ਆਫ ਗੋਡ ਵੀ ਆਰ ਲਾਂਚਿੰਗ ਰਾਜ ਜੱਗੀ ਰੀਅਲ ਸਟੇਟ ਸਰਵਿਸਿਸ ਆਲ 5 ਸਟੇਟਸ। ਵੈਰੀ ਨਾਈਸ। ਇੱਕ ਥਾਂ ਦੇ ਉੱਤੇ ਜਿਹਨੂੰ ਜੋ ਵੀ ਹੈਲਪ ਚਾਹੀਦੀ ਹੈ ਇੱਕੋ ਹੀ ਫੋਨ ਨੰਬਰ ਹੋਏਗਾ, ਤੇ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਤੇ ਬਾਕੀ ਡਿਟੇਲ ਹੌਲੀ ਹੌਲੀ ਮੈਂ ਦੇਈ ਜਾਵਾਂਗਾ, ਹਰ ਵੀਕ ਮੈਂ ਆਉਂਦਾ, ਹਰ ਫਰਾਈਡੇ ਆਉਂਦਾ, ਤਾਂ ਜਿਹੜੀ ਜਿਹੜੀ ਸਟੇਟ ਸਾਡੇ ਨਾਲ ਐਡ ਹੁੰਦੀ ਜਾਏਗੀ ਮੈਂ ਤੁਹਾਨੂੰ ਉਹਦੇ ਬਾਰੇ ਦੱਸਣਾ ਸ਼ੁਰੂ ਕਰ ਦਿਆਂਗਾ। ਬਿਲਕੁਲ ਰਾਜ ਜੀ, ਮੈਂ ਇੱਕ ਗੱਲ ਜ਼ਰੂਰ ਜਾਣਨਾ ਚਾਹੁੰਦਾ। ਠੀਕ ਹੈ, ਅੱਜ ਦੀ ਡੇਟ ਦੇ ਵਿੱਚ ਅਸੀਂ ਕਹਿ ਰਹੇ ਹਾਂ ਕਿ ਬਿਜ਼ਨਸਿਸ ਜਿਹੜੇ ਨੇ ਉਹ ਟਾਈਮ ਲੈਣਗੇ ਵਾਪਸ ਟਰੈਕ ਦੇ ਉੱਤੇ ਆਉਣ ਦੇ ਲਈ, ਪਰ ਮੈਂ ਇੱਕ ਗੱਲ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹੁੰਦਾ। ਲੋਕਾਂ ਦੇ ਜ਼ਿਹਨ ਦੇ ਵਿੱਚ ਇੱਕ ਸਵਾਲ ਜ਼ਰੂਰ ਚੱਲ ਰਿਹਾ ਕਿ ਸਾਡੇ ਪ੍ਰੋਪਰਟੀ ਦਾ ਜਿਹੜਾ ਹੁਣ ਵੈਲਿਊ ਹੈ ਉਹ ਸਾਨੂੰ ਨਹੀਂ ਮਿਲਣੀ। ਜੋ ਸਾਡੀ ਪ੍ਰੋਪਰਟੀ ਪਹਿਲਾਂ 5 ਕੁ ਲੱਖ ਦੀ ਵਿਕਦੀ ਸੀਗੀ, ਕੀ ਉਹਦਾ ਪ੍ਰਾਈਸ 5 ਕੁ ਲੱਖ ਹੀ ਰਹੇਗਾ ਜਾਂ ਫਿਰ ਥੱਲੇ ਗਿਆ?
देखो थोड़ी बहुत ही एडजस्टमेंट तो होएगी हर थान के उत्ते, जी बट ये है कि बिल्कुल ही थले रहने का मेरे पर्सनली हिसाब नाल तो नहीं होना चाहिए, क्योंकि अमेरिका दे विच बैठे हाँ। पहला एक दो बार जिहड़ा मैं पहला भी तुहानूं दस्सिया कि पहला भी दो तीन बार तुहाडे रिसैशन आए सी, तो सिवाय एक रिसैशन दे हर रिसैशन तो बाद मार्केट अच्छी हुई सी। अगर तुसीं हुण भी न्यूज़ देखो साढ़े लॉन्ग आइलैंड दे विच तां घर आंदा बाद चा विक पहला जांदा है। सो असी पेंडेमिक चा असी वी आर नॉट अलाउड टू गो आउट बट वी स्टिल सेलिंग हाउसेज, वी आर स्टिल लिस्टिंग प्रॉपर्टीज। सो एक काम करने वाला बंदा होना चाहिए, काम आना चाहिए। बढ़िया कॉल आदि ने जस पंजाबी तो भी होर भी ऑनलाइन बंदे आते हैं। सो विद द ग्रेस ऑफ गॉड वी आर सर्विंग। बिल्कुल। एक गल मैं तुहाड़े तो जरूर जानना चाहुंदा राज जी, जिथे असी अपने रेट ऑफ इंट्रस्ट की गल कर रहे हैं, जिथे असी गल कर रहे हैं कि भाई हुण अमेरिका की हिस्ट्री दे विच पहली बार इन्ने थले रेट ऑफ इंट्रस्ट गया है। सो नाल नाल तुसी ए भी एडवाइस कर रहे हो कि इफ़ यू हैव स्पेयर मनी दिस इज़ अ वेरी गुड टाइम टू बाय एंड बाय फॉर योर इन्वेस्टमेंट्स, एंड उन्होंने 2-3 साल लिए फिर भुल जाओ, एंड उहदा जिहड़ा फिर तुहानू प्रॉफिट है वह जरूर 3 साल बाद मिलेगा। वट एडवाइस यू विल गिव टू दैम? देखो मोड़गे जी रेट है ना, वो दोनों पासे फायदे है, स्पेशली जिन्हें बंदियां ऑलरेडी 30-30 साल दियां 15-15 साल दियां मोड़गेजेस हैगियां ने। ठीक है, दिस इज बेस्ट टाइम टू रीफाइनेंस, क्योंकि दैट्स व्हाट वी आर ट्राइंग टू ब्रिंग एवरीथिंग एट वन प्लेस। सो दैन किसी ने यह ना हो जी मैं वो मोड़गेज वाले गया उन्हें मेरे नाल कीता, बट जिहड़ा साडे अंडर दा साडे साडे अंडर नहीं साडे नाल आएगा जिहड़ा भी बंदा, तो विल मेक श्योर ही इज गुड एंड ही इज द बेस्ट एंड सर्विंग क्लाइंट बेस्ट। सो यस मोड़गे जड़िया हैं बहुत लो हैगियां ने। तो मैं इवन अपने छोटे बेटा है वड्डा बेटा उन्होंने कह रहा हूँ बाय करो इस टाइम, दिस इज टाइम टू बाय। कहते पापा अगर प्राइस डाउन होएगी, मैं कह बेटा 5% भी डाउन होएगी तो 5 लगता कर 25,000 डाउन होया, जी बट अगर 1% भी मोड़गेज वध गई तो 50,000 डॉलर एक ही घर से नुकसान हो जाना है। सो तुसी कहड़ा सारा अज दे रहे हो, बैंक दे रहा पैसा तो वह फायदा उठाओ। जे तुहानू किसी नू मोड़गेज एडवाइस की लोड़ है तो भी यह नंबर जा रहा है। मैनू कई बंदिया के अपने रिचमंड हिल तो भी बड़े बंदियां दे फोन आए ने, तो मैं उन्होंने गाइड दिता है, मैं उन्होंने नंबर दिते हैं मोर्गेज वाले दे आर वर्किंग ऑन इट। करेक्ट। 5165483020 तो तुसी कॉल कर सकते हो, और राजी नू कॉल करके जो भी इन्फॉर्मेशन चाहिए है ले सकते हो। और जेकर सानू दर्शक न्यूयॉर्क रिचमंड हिल विखे इस प्रोग्राम नू वेख रहे हैं, तो लगातार असी कहने हैं कि लॉन्ग आइलैंड दे विच सेवावां तुसी टीम राज अग्गी दी ले सकते हो, या फिर जिहड़ी 5 स्टेटां दा नाम हजे हाल फिलहाल दे विच कनेक्टिकट, पेंसिलवेनिया, न्यू जर्सी ते गल की गई जिस स्टेटां दी, तां उत्थे जेकर तुसी इस प्रोग्राम नू वेख रहे हो तां तुसी टीम राज जग्गी नू ज्वाइन कर सकते हो, एंड यू कैन बी अ पार्ट ऑफ टीम राज जग्गी, एंड दे विल टेल यू हाउ टू डू बिजनेस, हाउ टू गेट इनटू रियल एस्टेट बिजनेस, एंड हाउ टू मेक मनी। टीम राज जग्गी हमेशा कहती है कि जी जे साढ़े नाल जुड़ना फिर तो पैसे तुहानू कमाने पैणगे, और वो पैसे किवें कमाओगे वो राज जी दसदे ने। 40-40 हज़ार डॉलर का जिहड़ा चैक बकायदा आपां पिछले वीक भी दिखाया सीगा राहुल नू मिलिया, और उस तो पहला एक टीम दे होर मैंबर नू मिलिया। ए लगातार टीम राज जग्गी दी पूरी टीम जिहड़ी है चैकां दी झड़ी तां लांदी क्योंकि कम सीखना पैंदा है रियल एस्टेट बिजनेस दे विच कि किवें तुसी घर बैठे हुए जेकर तुहाडे कोल स्किल्स ने, एंड वो स्किल्स तुहाडी डेवलप करदी है टीम राज जग्गी। सो हुण हौली हौली बुलंदियां दीआं पौड़ियां भी टीम राज जग्गी चढ़नी शुरू हो चुकी है, पहला ही मल्ला मार चुकी है न्यूयॉर्क दे विच, हुण वख वख स्टेटां दे विच जाके मल्ला मारेगी, और इस तरीके नाल तुसी अपने प्रोफेशन नू भी तब्दील कर सकते हो रियल एस्टेट दे विच। फिलहाल एक ब्रेक लिए इत्थे रुक रहे हो, जब ब्रेक तो बाद वापस आवांगे, लगातार राज जी दे नाल राबता करके रखांगे इस ब्रेक तो बाद। तो ब्रेक तो बाद स्वागत है साडे सारे दर्शकों का, लगातार साडे नाल राज जग्गी जी जुड़े हुए हैं, और टीम राज जग्गी किस तरीके नाल प्रोग्रेसिव हो रही है वह भी जानांगे, और राज जग्गी खुद आप अपनी जिहड़ी कंपनी हैगी है बकायदा शुरू कर रहे हैं, और जिवें उन्होंने कहा कि इस कंपनी दे बैनर थल्ले तुहानू सारियां सेवावां मिलणगियां, भावें तुहानू कंस्ट्रक्शन वाला चाहिए है, भावें तुहानू मोर्टगेज वाला चाहिए है, हार्ड मनी लोन्स लई तुहानू तुसी किसी नू ढूंढ रहे हो, सो यू विल गैट एवरीथिंग अंडर वन रूफ। तो किन्ना इंपॉर्टेंट हो जाता है कि जब तुसी इस लैवल तो जाके काम करते हो, और यह जानकारी साढ़े लिए किन्नी जरूरी है, और मैं जिवें कहा भी सीगा ब्रेक तो जाने तो पहला कि रियल स्टेट बिजनेस दे तुसी आना चाहते हो तो तुसी राबता कर सकते हो टीम राज जग्गी दे नाल। राज जी वेलकम बैक आफ्टर दिस ब्रेक।
थैंक यू वेरी मच। मैं इहदे विच एक चीज ऐड करन लग्गिआं कि खाली रियल स्टेट नाल बिजनेस च नहीं आना। जे कोई बंदा इंश्योरेंस वाला हैगा या कोई बंदा कंस्ट्रक्शन वाला हैगा, कोई बंदे नूं किसे तरह की लोड हैगी है, सारे बंदे आ सकते हैं। ओपन फॉर एवरीवन, दैट्स व्हाट माय जॉब इज राइट नाउ, टू क्रिएट मोर जॉब्स फॉर द पीपल हु आर स्ट्रगलिंग इन देयर लाइफ। सो मेरे को सिस्टम हैगा, मैं एक ऐसा प्लेटफॉर्म बनाना चाहता कि अगर उन्होंने किसी भी चीज की लोड है तो सीधा राज्य की रियल एस्टेट सर्विस से जाए तो सारा काम हो जाए। ये इंश्योरेंस भी आएगी, अकाउंटेंट भी आ जाएंगे, अटर्नीज भी आ जाएंगे, फोटोग्राफर भी आ जाएंगे, किचन वाले भी आ जाएंगे, मतलब हर चीज जी है वन स्टॉप शॉप करने का प्लान हो रहा है। बाकी महाराज जो करेगा अपने वालों उपराला करने की कोशिश कर रहे हैं। जिदा मैं स्पेशली मेरे रिचमंड हिल तो एंड अज भी मैं नुसरत अली फ्रॉम जैक्सन आइडो दे मम्मा कहते भी मेरा प्रोग्राम रोज देखते हैं, तो आई एम गोइंग टू सी दम टुमारो। सो आई नहीं वांट टू से ते थैंक यू वेरी सारे ने मच। तुसी कहता टीवी होस्ट हाँ भूल गए। हाँ टीवी होस्ट था भाई, तेरे करके तो सारा काम चलता ठीक है फिर सो ठीक है। बलबीर सिंह, सुखजिंदर सिंह, धर्मवीर, तो इन्हों बंदियां नू मैं ऑलरेडी हेल्प कर चुके हैं। कई बंदे मेरे नाल काम कर रहे हैं, कईयां दा घर बेच रहे हैं। सो अज सवेरे किसी का फोन आया, कहते मेरे मम्मी तुहाडा प्रोग्राम बड़ा अच्छा देखती है, नुसर जी तुहाडे वास्ते हैगा, मैं कर रहा, शी इज फ्रॉम बॉम्बे, सो आई एम गोइंग टू सी दैम टुमारो। सो मेरा काम है कि जिदा हुण जो चीज जो मार्केट दे विच चेंजिंग हो रही है, मैं रियल स्टेट हमेशा जदों भी कीती है मैं ही कीती है कि मैं आई वॉन्ट टू बी द नेक्स्ट लैवल। हुण मैं सोचा कि वो ट्रेडिशनल रियल स्टेट बंद हो रही है, कोई बंदा दफ्तर जाके राजी नहीं, करेक्ट कोई बंदा किसी नूं मिल के राजी नहीं, हाथ मिला के राजी नहीं, तो इनू वर्चुअल हो रहा है। तो असी मैं इनू वर्चुअल रियल स्टेट शुरू कर रहा है, सीधे तुहानू कितने आने की लोड़ नहीं, तुहाडे घर बैठे तुहानू ट्रेनिंग मिलेगी, तुहाडे घर बैठे तुहानू बिजनेस मिलेगा, तुहाडे घर बैठे तुसी पैसे बनाओगे। वेरी नाइस तो वेरी नाइस कैलिफोर्निया तो पिछले वीक 2 वीक पहला फोन आया सी, मैं उन्होंने भी दस्या वो भी रियल स्टेट का लाइसेंस लै रहे हैं। तो आई एम ट्राइंग टू हेल्प ग्रो विद माई कम्युनिटी, बिकॉज प्रॉब्लम की होंगी है रियल स्टेट के विच, अपने देसियां वास्ते स्पेशल ये होंगे कि वो यार देसी है, इन्हें काम नहीं करना। मैं लॉन्ग एंड के विच इस चीज़ नू गलत प्रूव किया है कि असी भी कुछ कर सकते हैं रियल स्टेट के लिए। लॉन्ग आइलैंड च आई ब्लेस टू से कि मेरी टीम नंबर वन टीम हैगी लॉन्ग आइलैंड की बाय सेल्स। सो आई एम एंटरिंग इन नाउ इन क्वींस, आई एम एंटरिंग इन मैनहट्टन। आई नो लोग देसी बंदे देख रहे हैं, तो देसी तो वध केड़ा बंदा दिल वाला बंदा हो सकता है, तो हर बंदे नू लोड़ है। आई एम देयर फॉर यू, तुहाडे कोल नंबर जिहड़ा लिख रहा है तुसी कॉल कर सकते हो, जिहड़ा 516-548-3020, तुसी इहदे ते कॉल करके मेरे नाल परसनल वन टू वन अपॉइंटमेंट बना सकते हो। किसी भी तरह की हेल्प चाहिए है, आई एम देयर टू, आई एम ब्लेस्ड। मैनू किसी ने हेल्प की थी जो मैं आया सी, आई वांट टू गिव बैक टू माय कम्युनिटी, आई एम ऑलवेज ऋणी रहिंदा। इस कम्युनिटी ने मैनू ऑलवेज हेल्प की है, तो राइट मैं क्या चलो लखविंदर सिंह इस होरां ने एक ईमेल लिखी है राज जी, वो आपां दर्शकों को पढ़ के सुना दिंदे आं। हरकीरत जी ते राज जी थैंक यू सो मच, तुसी काफ़ी वधिया एडवाइसेस देने हो। शुक्रवार को तुहाडा प्रोग्राम देखीदा है। एडवाइसेस मैं नहीं दिंदा, एडवाइसेस राज जी दिंदे लखविंदर जी, पर थैंक यू फॉर द ईमेल। मनजीत सिंह होरां ने एक ईमेल लिखी है, राज जगी इज़ अ वेरी गुड गाय एंड वेरी ऑनेस्ट। इन्होंने मैनू घर दवाया सीगा 2018 दे विच, और झूठ ही इज़ वेरी स्ट्रेट फॉरवर्ड। सो आई थिंक दैट्स वेरी की इंपॉर्टेंट तरह राज जी, खड़े वन जावा पर्सन शुड बी भरावा, वेरी स्ट्रेट जे फॉरवर्ड। जिहड़ा काम हो सकता उन्हूं कहिए हो सकता, जिहड़ा नहीं हो सकता वो किवें हो सकता, यह साडी कम्यूनिटी विद दे विच मैनू लगता कितें ना कितें कमी रह जाती है। आई वांट टू शेयर समथिंग गुड। जब मैं आज अपनी कंपनी च मेरी लास्ट मीटिंग सी, मैं गया अपने ब्रोकर नु मिलन, तो आई फेल्ट कि दे आर नॉट वेलकमिंग इन माय इन देयर ऑफिस। आई से व्हाट हैपन, मैं 8 साल तुहाडे नाल काम कीता है। वो कहते असं बिलीव ही नहीं कर सकते तू सू छड़ के जा रहे हैं, कहते वी आर नॉट फीलिंग कि एक एजेंट जा रहा है, सू लग रहा है कि साड़ी एक पार्ट जा रहा है। आई फील ब्लैस्ड। मैं हर बंदे नू हर वेले शुक्राना करदा भी जेडे बंदे भी मेरी अज सक्सैस दे विच मेरे नाल जुड़े रहे ने डे वन, मैं उन्हां दा बड़ा दिलों शुक्रिया अदा करना। ते स्पेशली जस पंजाबी नू पिछले 5, 6, 8 महीने तो असं इन्हां नाल काम कर रहे हैं, सो मेरा मैसेज मैस तक जा रहा है। तो इन्हां दे चक्कर च मैं होर भी अपने आप नू वधाउण दी कोशिश कर रहा हूँ, ट्राइंग टू हेल्प अदर पीपल। कि जितों देखो मैं दस रहा क्वींस तो बंदे
ਜੈਕਸਨ ਹਾਈਟ ਤੋਂ ਮੈਂ ਦੋ ਫੈਮਲੀਆਂ ਨਾਲ ਹੈਲਪ ਕਰ ਰਿਹਾ ਹਾਂ ਜੈਕਸ ਪੰਜਾਬੀ ਤੋਂ ਮਿਲੇ ਰਿਚਮੰਡ ਹਿਲ ਚੋਂ ਚਾਰ ਪੰਜ ਫੈਮਲੀਆਂ ਆਲਰੇਡੀ ਕਰ ਚੁੱਕੇ ਹਾਂ ਇੱਕ ਦੋ ਮੇਰੀਆਂ ਚੱਲ ਰਹੀਆਂ ਨੇ ਬ੍ਰੋਂਕਸ ਤੋਂ ਆ ਰਹੀਆਂ ਨੇ ਬਰੁਕਲਿਨ ਤੋਂ ਆ ਰਹੀਆਂ ਨੇ ਕਨੈਕਟੀਕਟ ਤੋਂ ਫੋਨ ਆਉਂਦੇ ਸੀ ਮੈਂ ਉਹਨਾਂ ਨੂੰ ਕਹਿੰਦਾ ਸੀ ਭਰਾ ਜੀ ਮੈਂ ਤੁਹਾਡੀ ਹੈਲਪ ਨਹੀਂ ਕਰ ਸਕਦਾ ਨਾਓ ਵਿਦ ਦ ਗ੍ਰੇਸ ਆਫ ਗੋਡ ਆਈ ਕੈਨ ਸਰਵ ਦੈਮ ਇਨ ਦ ਕਨੈਟੀਕਟ ਕਨੈਟੀਕਟ ਪੈਨਸਿਲਵੇਨੀਆ ਮੈਸਾਚੂਸੈਟ ਐਂਡ ਜੋਰਜੀਆ ਐਂਡ ਨਿਊਯਾਰਕ ਸੋ ਇਹਦੇ ਵਿੱਚ ਸਾਡਾ ਸੇਮ ਪ੍ਰੋਗਰਾਮ ਚੱਲੇਗਾ ਯੋਰ ਹੋਮ ਸੋਲਡ ਗਰੰਟੀ ਆਲ ਬਾਈਟ ਸੋ ਜਿਹੜੇ ਬੰਦੇ ਨੇ ਘਰ ਕੁਇਕ ਵੇਚਣਾ ਹੈ 24 ਆਵਰ ਕੈਸ਼ ਆਫਰ ਵੀ ਦੇਵਾਂਗੇ ਜਿਹੜਾ ਬੰਦੇ ਨੇ ਘਰ ਬਾਏ ਕਰਨਾ ਹੈ ਉਹਨੂੰ ਇਹ ਵੀ ਗਰੰਟੀ ਕਰਾਂਗੇ ਜੇ ਤੂੰ ਇੱਕ ਸਾਲ ਘਰ ਦੇ ਵਿੱਚ ਤੈਨੂੰ ਪਸੰਦ ਨਹੀਂ ਆਇਆ ਤਾਂ ਅਸੀਂ ਤੇਰੇ ਵਾਸਤੇ ਫ੍ਰੀ ਵੇਚਾਂਗੇ ਸੋ ਲੋਟ ਆਫ ਥਿੰਗਸ ਵੀ ਆਰ ਡੂਇੰਗ ਵਿਚ ਅਦਰ ਬ੍ਰੋਕਰਸ ਆਰ ਨੋਟ ਡੂਇੰਗ ਤੇ ਦੂਜਾ ਜਿਹੜੇ ਰੀਅਲ ਸਟੇਟ ਦੇ ਵਿੱਚ ਇੱਕ ਮਿੱਥਿਆ ਹੈਗੀ ਕਿ ਰੀਅਲ ਸਟੇਟ ਦੇ ਵਿੱਚ ਸਿਰਫ 3% ਬੰਦੇ ਕੰਮ ਕਰਦੇ ਨੇ ਬਾਕੀ 3% ਬੰਦੇ ਜਾਂ 5% ਬੰਦੇ 95% ਬੰਦਿਆਂ ਦਾ ਕੰਮ ਕਰਦੇ ਨੇ ਤੋ ਮੈਂ ਉਸ ਚੀਜ਼ ਨੂੰ ਥੋੜਾ ਚੇਂਜ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜੇ ਮੇਰੇ ਨਾਲ ਜੁੜਨਗੇ ਨਾ ਉਹ 3% ਨਹੀਂ ਹੋਣਗੇ ਘੱਟੋ ਘੱਟ 30-40% ਹੋਣਗੇ ਇਹ ਮੈਂ ਪ੍ਰੂਵ ਕਰ ਦਿਆਂਗਾ ਇੱਕ ਸਾਲ ਦੇ ਵਿੱਚ ਕਿ ਜਿਹੜੇ ਵੀ ਬੰਦੇ ਮੇਰੇ ਨਾਲ ਜੁੜੇ ਨੇ ਟੱਚਵੁੱਡ ਆਏ ਨੇ ਚਲੇ ਵੀ ਗਏ ਨੇ ਕਿਸੇ ਨੂੰ ਨਹੀਂ ਸਮਝ ਆਉਂਦਾ ਆਈ ਡੋਂਟ ਹੈਵ ਐਨੀ ਪ੍ਰੋਬਲਮ ਵਿਦ ਐਨੀਵਨ ਮੇਰਾ ਹੈ ਕਿ ਅਗਰ ਤੁਸੀਂ ਇਕੱਠੇ ਗਰੋ ਕਰਨਾ ਇੱਕ ਜਿਹੜੀ ਚੀਜ਼ ਹੋਰ ਬੜੀ ਵਧੀਆ ਹੋ ਰਹੀ ਹੈ ਜਿਹੜੀ ਕਿ ਰੀਅਲ ਸਟੇਟ ਦੇ ਵਿੱਚ ਹੋ ਰਹੀ ਹੈ ਕਿ ਡੈਥ ਆਫ ਸਿੰਗਲ ਏਜੰਟ ਅਗਲਾ ਟਾਈਮ ਜਿਹੜਾ ਆ ਰਿਹਾ ਹੈ ਉਹ ਬੱਚੇ ਜਿਹੜੇ ਇੰਨੇ ਕੁ ਜ਼ਿਆਦਾ ਕੰਪਿਊਟਰ ਸੈਵੀ ਹੋ ਚੁੱਕੇ ਨੇ ਇਕੱਲਾ ਏਜੰਟ ਉਹਨਾਂ ਨੂੰ ਸੇਵ ਨਹੀਂ ਕਰ ਸਕਦਾ ਯੂ ਨੀਡ ਟੀਮਸ ਸੋ ਟੀਮ ਕਿਹੜੀ ਹੋਏਗੀ ਕਿਵੇਂ ਉਹ ਟੀਮ ਬਣਾਉਣੀ ਹੈ ਮੈਂ ਰੀਅਲ ਸਟੇਟ ਦੇ ਵਿੱਚ ਲੋਕਾਂ ਨੂੰ ਉਹ ਵੀ ਐਡਵਾਈਸ ਦੇ ਰਿਹਾ ਤੁਸੀਂ ਮੇਰੇ ਕੋਲ ਆ ਜਾਓ ਫ੍ਰੀ ਐਡਵਾਈਸ ਹੈ ਬਹਿ ਜਾਓ ਤੁਹਾਨੂੰ ਦੱਸਾਂਗਾ ਕਿਵੇਂ ਰਲ ਕੇ ਕੰਮ ਕਰਿਆ ਜਾਣਾ ਪ੍ਰੋਬਲਮ ਕੀ ਹੁੰਦੀ ਹੈ ਟੀਮ ਦੇ ਵਿੱਚ ਇੱਕ ਲੀਡਰ ਚੁਣਨਾ ਪੈਂਦਾ ਹੈ ਅਤੇ ਬਾਕੀ ਬੰਦੇ ਉਹਨੂੰ ਫੋਲੋ ਕਰਨ ਉਹਨਾਂ ਨੂੰ ਬਿਲੀਵ ਕਰਨ ਆਮ ਬਲੈਸਡ ਮੇਰੀ ਟੀਮ ਦੇ ਵਿੱਚ 18-16 ਬੰਦੇ ਹੋ ਗਏ ਨੇ ਐਂਡ ਮੈਂ ਪਰਸੋਂ ਮੇਰੀ ਮੀਟਿੰਗ ਹੋਈ ਉਹਨਾਂ ਨਾਲ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਰੀਅਲਟੀ ਕਨੈਕਟ ਤੋਂ ਜਾ ਰਿਹਾ ਸੋ ਆਈ ਡੋਂਟ ਵਾਂਟ ਟੂ ਫੋਰਸ ਐਨੀ ਵਨ ਬਟ ਮੇਰਾ ਡਿਸਾਈਡ ਹੈ ਕਿ ਮੈਂ ਔਨਲਾਈਨ ਜਾ ਰਿਹਾ ਕਿਉਂਕਿ ਮੇਰਾ ਮੋਸਟਲੀ ਸੈਟਰਡੇ ਸੰਡੇ ਲੋਕ ਘਰ ਬੈਠਦੇ ਨੇ ਮੈਂ ਔਨਲਾਈਨ 15-15-10-10 ਓਪਨ ਹਾਊਸ ਕਰਦਾ ਤੋ ਮੈਂ ਕਿਹਾ ਆਈ ਥਿੰਕ ਦਿਸ ਇਜ਼ ਅ ਟਾਈਮ ਟੂ ਗਰੋ ਬਿਗ ਕਹਿੰਦੇ ਲੋਕ ਤਾਂ ਕਹਿ ਰਹੇ ਨੇ ਦੁਕਾਨਾਂ ਬੰਦ ਹੋ ਰਹੀਆਂ ਤੂੰ ਹੋਰ ਗਰੋ ਕਰ ਰਿਹਾ ਮੈਂ ਕਿਹਾ ਪਤਾ ਨਹੀਂ ਮੈਂ ਥੋੜ੍ਹਾ ਡਿਫਰੈਂਟ ਚੱਲਣਾ ਤੋ ਮੈਂ ਜਦੋਂ ਅਨਾਊਂਸ ਕੀਤਾ ਤੇ ਸਾਰੇ ਬੰਦਿਆਂ ਨੇ ਕਿਹਾ ਕਿ ਅਸੀਂ ਤੇਰੇ ਨਾਲ ਜਾਣਾ ਤੋ ਆਮ ਬਲੈਸ ਕਿੰਨੀ ਵਧੀਆ ਟੀਮ ਮੇਰੇ ਨਾਲ ਹੈਗੀ ਹੈ ਔਰ ਆਮ ਬਲੈਸਡ ਮੇਰੇ ਬਾਇਰ ਸੈਲਰ ਜਿਹੜੇ ਮੈਨੂੰ ਟਰੱਸਟ ਕਰਦੇ ਨੇ ਮੇਰੇ ਮੋਰਗੇਜ ਵਾਲੇ ਮੈਨੂੰ ਟਰੱਸਟ ਕਰਦੇ ਨੇ ਮੇਰੀ ਫੈਮਿਲੀ ਮੈਨੂੰ ਟਰੱਸਟ ਕਰਦੀ ਹੈ ਉਹ ਕਹਿੰਦੇ ਮੇਰੀ ਵਾਈਫ ਅੱਜ ਵੀ ਮੈਨੂੰ ਕਹਿੰਦੀ ਕਿ ਜਦੋਂ ਕੁਛ ਸੈਟਲ ਹੁੰਦਾ ਤੂੰ ਫਿਰ ਕੋਈ ਨਾ ਕੋਈ ਪੰਗਾ ਪਾ ਲੈਣਾ ਮੈਂ ਕਿਹਾ ਜਿਹੜਾ ਬੰਦਾ ਜ਼ਿੰਦਗੀ ਸੈਟਿਸਫਾਈ ਹੋ ਗਿਆ ਉਹ ਫਿਰ ਖਤਮ ਹੋ ਗਿਆ ਰਾਈਟ ਰਾਜ ਜੀ ਗੁਰਪ੍ਰੀਤ ਸਿੰਘ ਹੋਰਾਂ ਦੀ ਈਮੇਲ ਆਈ ਹੈ ਸਾਨੂੰ ਰਾਜ If you remember me, you sold my house in 2019. I am in Indianapolis nowadays. And I know you also sing very well. Good to see you on Just Punjabi. Thank you, brother. Thank you very much. I know that you are in the business. You said, Jaggi ji, I want to go. I want to go for 3 months. So thank you very much for your trust. I am very happy. You are saying that my business is mostly in this. That people are going to go. I remember that you are going to go. ਸੁਰਿੰਦਰ ਨੇ ਭੇਜਿਆ ਸੀ ਉਹਨਾਂ ਦਾ ਘਰ ਵੀ ਵੇਚਿਆ ਸੀ ਮੇਰਾ ਬਿਜ਼ਨਸ ਹੀ ਇੰਝ ਚੱਲਦਾ ਜੇ ਕਿਸੇ ਦਾ ਘਰ ਨਹੀਂ ਵਿਕਦਾ ਤੁਸੀਂ ਮੇਰਾ ਨਾਂ ਲੈ ਕੇ ਦੇ ਸਕਦੇ ਹੋ ਤੁਸੀਂ ਸਾਰੀ ਉਮਰ ਮੇਰਾ ਮੋਟੋ ਹੀ ਹੈ ਕਿ ਵੈਲਕਮ ਟੂ ਮਾਈ ਫੈਮਿਲੀ ਅਗਰ ਤੁਸੀਂ ਬਾਇਰ ਹੋ ਸੈਲਰ ਹੋ ਬਿਜ਼ਨਸ ਓਨਰ ਹੋ ਆਈ ਵਾਂਟ ਟੂ ਵੈਲਕਮ ਐਵਰੀ ਵਨ ਅੱਛਾ ਮੈਨੂੰ ਕੱਲ ਕਿਸੇ ਆਪਣੇ ਪੰਜਾਬੀ ਬੰਦੇ ਦਾ ਫੋਨ ਆਇਆ ਆਪਣੇ ਪਰ ਰਾਜ ਗਾਣਾ ਤੋਂ ਗਾ ਦਿਓ ਆਜ ਗਾਣਾ ਗਾਵਾਂਗੇ ਜਲਦੀ ਵਨ ਟੂ ਸੀ ਮੈਂ ਡੈਫੀਨਿਟਲੀ ਆਈ ਵਿਲ ਕਮ ਟੂ ਯਰ ਆਫਿਸ ਇਨ ਹਿਕਸਵਿਲ ਐਂਡ ਵਿਲ ਸ਼ੂਟ ਨੈਕਸਟ ਐਪੀਸੋਡ ਫਰਮ ਦੇਅਰ ਮੇਰੇ ਆਫਿਸ ਯੂ ਆਰ ਮੋਸਟ ਵੈਲਕਮ ਯੈਸ ਅਗਲੇ ਵੀਕ ਤੱਕ ਹੋ ਸਕਦਾ ਤਿਆਰ ਹੋ ਜੇ ਮੈਂ ਹੁਣ ਆਪਣੇ ਨਵੇਂ ਆਫਿਸ 'ਚ ਬੈਠਾ ਬਟ ਅਜੇ ਕੰਮ ਲੱਗਿਆ ਹੋਇਆ ਬਟ ਠੀਕ ਹੈ ਕਰਾਓ ਕੰਮ ਕਰਾਓ ਪੂਰਾ ਤਾਂ ਆਪਾਂ ਵਧੀਆ ਤਰੀਕੇ ਨਾਲ ਆਵਾਂਗੇ ਉੱਥੇ ਵਿਲ ਡੂ ਅ ਸ਼ੋ ਫਰਮ ਦੇਅਰ ਐਂਡ ਮੈਂ ਇੱਕ ਜਾਣਕਾਰੀ ਹੋਰ ਮੇਰੇ ਦਰਸ਼ਕਾਂ ਨੇ ਸਾਨੂੰ ਈਮੇਲ ਕੀਤੀ ਹੈ ਉਹ ਕਹਿੰਦੇ ਕਿ ਰੀਅਲ ਸਟੇਟ ਦਾ ਲਾਇਸੈਂਸ ਆਪਾਂ ਕਿਵੇਂ ਲੈ ਸਕਦੇ ਹਾਂ ਪਲੀਜ਼ ਉਹਦੇ ਬਾਰੇ ਵੀ ਜਾਣਕਾਰੀ ਦਿਵੋ ਸੋ ਆਪਾਂ ਕੋਸ਼ਿਸ਼ ਕਰਾਂਗੇ ਕਿ ਨੈਕਸਟ ਐਪੀਸੋਡ ਦੇ ਵਿੱਚ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਾਂਗੇ ਕਿ ਹਾਊ ਯੂ ਕੈਨ ਗੈਟ ਰੀਅਲ ਸਟੇਟ ਲਾਇਸੈਂਸ ਐਪੀਸੋਡ 'ਚ ਸਾਰਾ ਦੱਸਾਂਗਾ ਕਿ ਕਿੱਥੋਂ ਲੈਣਾ ਹੈ ਕਿੰਨੇ ਘੰਟੇ ਦੀ ਕਲਾਸ ਹੈ ਤੇ ਕਿਵੇਂ ਤੁਸੀਂ ਆਪਣੀ ਲਾਈਫ ਦੇ ਵਿੱਚ ਸਕਸੈਸ ਹੋ ਸਕਦੇ ਹੋ ਕਿਵੇਂ ਆਪਾਂ ਰਲ ਕੇ ਇੱਕ ਨਵਾਂ ਸਿਸਟਮ ਬਣਾ ਸਕਦੇ ਹਾਂ ਕਿੱਦਾਂ ਆਪਾਂ ਅੱਗੇ ਵੱਧ ਸਕਦੇ ਹਾਂ ਰਾਜੀ ਨਹੀਂ ਇੱਕ ਗੱਲ ਜ਼ਰੂਰੀ ਇੱਥੇ ਬਣਦੀ ਹੈ ਆਪਾਂ ਇੱਕ ਐਪੀਸੋਡ ਜ਼ਰੂਰ ਆਪਣੇ ਦਰਸ਼ਕਾਂ ਨੂੰ ਡੈਡੀਕੇਟ ਕਰੀਏ ਟੂ ਗੈਟ ਅ ਰੀਅਲ ਅਸਟੇਟ ਲਾਇਸੈਂਸ ਕੀ ਪੜ੍ਹਾਈ ਉਹਦੇ ਵਿੱਚ ਹੁੰਦੀ ਹੈ ਕਿੰਨੀ ਦੇਰ ਦੀ ਕਲਾਸਿਸ ਹੁੰਦੀਆਂ ਕਿਵੇਂ ਤੁਸੀਂ ਇਗਜ਼ਾਮ ਦਿੰਦੇ ਹੋ ਕੀ ਕੁਸ਼ਚਨ ਪੁੱਛੇ ਜਾਂਦੇ ਆ ਕੀ ਤੁਹਾਨੂੰ ਪੜ੍ਹਨਾ ਚਾਹੀਦਾ ਸੋ ਵਿਲ ਹੈਵ ਵਨ ਐਪੀਸੋਡ ਫੋਰ ਦਿਸ ਐਂਡ ਵਿਲ ਐਜੂਕੇਟ ਆਰ ਯੂ ਨੋ ਕਮਿਊਨਿਟੀ ਫੋਰ ਰੀਅਲ ਅਸਟੇਟ ਲਾਇਸੈਂਸ ਰੀਅਲ ਅਸਟੇਟ ਦੇ ਟੀਚਰ ਨੂੰ ਲਿਆ ਕੇ ਬਿਠਾ ਦਿਆਂਗਾ ਇੱਥੇ ਨਾਲ ਤੁਹਾਡੇ ਹੋਰ ਦੱਸੋ ਰਾਈਟ ਕਰੈਕਟ
ਸੋ 5165483020 ਰਾਜ ਜਗੀਰ ਹੋਰ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਸਟੇਟਾਂ ਜਿਹੜੀਆਂ ਤੁਸੀਂ ਇੱਕ ਵਾਰੀ ਮੈਂ ਚਾਹਾਂਗਾ ਮੁੜ ਤੋਂ ਐਲਾਨ ਕਰ ਦਿਓ, ਜਿਹੜੇ ਵੀ ਦਰਸ਼ਕ ਸਾਨੂੰ ਇਸ ਸਟੇਟ ਦੇ ਵਿੱਚ ਵੇਖ ਰਹੇ ਨੇ ਤੁਸੀਂ ਹੁਣੇ ਕਾਲ ਕਰਕੇ ਰਾਜ ਜਗੀਰ ਹੋਰ ਨਾਲ ਜੁੜੋ ਔਰ ਪੈਸੇ ਬਣਾਓ, ਔਰ ਪੈਸੇ ਬਣਾਉਣ ਦੇ ਨਾਲ ਨਾਲ ਰੀਅਲ ਅਸਟੇਟ ਬਿਜ਼ਨਸ ਵੀ ਸਿੱਖੋ। ਦੇ ਵਿਲ ਗਿਵ ਯੂ ਦ ਸਕਿੱਲਸ, ਦੇ ਵਿਲ ਟ੍ਰੇਨ ਯੂ ਐਂਡ ਦੇ ਵਿਲ ਹਾਇਰ ਯੂ ਐਂਡ ਦੇ ਵਿਲ ਨਾਟ ਫਾਇਰ ਯੂ ਬਟ ਦੇ ਵਿਲ ਹਾਇਰ ਯੂ। Yes, Raj. We fire if you're not learning. You know, it's not for we fire. We hire. Hire, hire mushkil karte hai, fire badi jaldi karte hai. But we have to be positive, right? We can't fire them if they don't know anything. Pennsylvania, Connecticut, Massachusetts, and Georgia. Okay. So, kise nu kise tarah di real estate di advice chahidi hai, buying, selling, or business di number yaad rakho. Jaggi Real Estate Services. Raj Jaggi Real Estate Services. So, ikko hi naam hoega. ਤੋ ਅੱਜ ਪਹਿਲਾ ਦਿਨ ਸੀ, ਅਨਾਉਂਸ ਕੀਤਾ ਹੈ, ਹੌਲੀ ਹੌਲੀ ਲੋਟ ਆਫ ਚੀਜ਼ਾਂ ਆ ਰਹੀਆਂ ਨੇ ਅਤੇ ਡਿਫਰੈਂਟ ਡਿਫਰੈਂਟ ਬੰਦੇ ਬੁਲਾਵਾਂਗੇ। ਬਟ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਾਡਾ ਇੱਕ ਪਾਰਟ ਬਣਨਾ ਚਾਹੁੰਦੇ ਹੋ, ਇਹ ਵੈਂਡਰ ਬਣਨਾ ਚਾਹੁੰਦੇ ਹੋ, ਚਾਹੇ ਮੋਰਗੇਜ ਦੇ ਵਿੱਚ ਹੈਗੇ ਹੋ, ਚਾਹੇ ਇੰਸ਼ੋਰੈਂਸ 'ਚ ਹੈਗੇ ਹੋ, ਚਾਹੇ ਤੁਸੀਂ ਕੰਸਟਰਕਸ਼ਨ 'ਚ ਹੈਗੇ ਹੋ, ਚਾਹੇ ਤੁਸੀਂ ਮਾਰਕੀਟਿੰਗ 'ਚ ਹੈਗੇ ਹੋ, ਯੂ ਆਰ ਮੋਸਟ ਵੈਲਕਮ। ਰਾਈਟ, ਸੋ ਯੂਰ ਹੋਮ ਸੋਲਡ ਗਰੰਟੀਡ, ਅਦਰਵਾਈਜ਼ ਦ ਗਾਇ ਹੂ ਇਜ਼ ਔਨ ਦ ਟੀਵੀ ਸਕਰੀਨ ਰਾਈਟ ਨਾਓ, ਹੀ ਵਿਲ ਬਾਏ ਇਟ। करेक्ट, स्टार्ट पैकिंग। सो ऐसे के राज अग्गी सर नाल जुड़े, नैक्सट वीक आवेंगे, और नैक्सट वीक आप इन्होंने हिक्सविल दे विच जिहड़ा इन्होंने ऑफिस दफ्तर खोले अपना, उत्थे जाके आप दसांगे भी कित्थे इन्होंने ऑफिस खोले, उत्थे जाके एपीसोड भी शूट करांगे एंड विल गिव यू द ट्रेनिंग ऑन रियल एस्टेट लाइसेंस, क्योंकि काफ़ी सारी ईमेल सानू आई हैं कि वी वॉन्ट टू गैट इन टू दिस बिजनेस, बट प्लीज़ सानू दसो कि आप किवें जा सकते हैं। फिलहाल मैनू दवो इजाजत, धन्यवाद, सत श्री अकाल।